एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਵੰਗੀ ਤੇ ਉਹਦਾ 7ਵਾਂ ਪਾਠ ਇੱਕ ਪੈਰ ਕੱਟ ਤੁਰਨਾ, ਜੋ ਕਿ ਲਿਖਿਆ ਹੈ ਅਜੀਤ ਕੌਰ ਨੇ। ਤਾਂ ਚਲੋ ਸ਼ੁਰੂ ਕਰਦੇ ਹਾਂ, ਇਸ ਨੂੰ ਵਿਸਤਾਰ ਨਾਲ ਪੜ੍ਹਦੇ ਹਾਂ। ਪਸਲੀਆਂ ਤੋਂ ਰਤਾ ਹੇਠਾਂ ਦਰਦ ਦਾ ਇੱਕ ਬਵੰਡਰ ਜਿਹਾ ਉੱਠਦਾ ਤੇ ਰਸ਼ੀਦ ਦੂਰਾ ਹੋ ਜਾਂਦਾ। ਜ਼ਮੀਨ ਘੁੰਮਦੀ ਜਾਪਦੀ ਤੇ ਅਸਮਾਨ ਤੋਂ ਰਾਖ ਗਿਰਨ ਲੱਗਦੀ। ਆਖਰ ਉਹ ਹਸਪਤਾਲ ਚਲਾ ਗਿਆ। ਕਈ ਟੈਸਟ ਹੋਏ, ਇੱਕ ਛੋਟਾ ਜਿਹਾ ਆਪਰੇਸ਼ਨ ਕਰਨਾ ਪਵੇਗਾ, ਡਾਕਟਰਾਂ ਨੇ ਉਹਨੂੰ ਕਿਹਾ। ਆਪਰੇਸ਼ਨ? ਕਾਹਦਾ ਆਪਰੇਸ਼ਨ? ਅੰਦਰੂਨੀ ਟੈਸਟ। ਅੰਦਰੂਨੀ ਟੈਸਟ? ਯਾਨੀ ਤੁਹਾਨੂੰ ਕੈਂਸਰ ਦਾ ਸ਼ੱਕ ਹੈ? ਨਹੀਂ, ਟੈਸਟ ਸ਼ੱਕ ਪੱਕਿਆ ਕਰਨ ਲਈ ਨਹੀਂ ਹੁੰਦੇ, ਹਰ ਕਿਸਮ ਦਾ ਸ਼ੱਕ ਦੂਰ ਕਰਨ ਲਈ ਕੀਤੇ ਜਾਂਦੇ ਨੇ। ਤੇ ਉਹ ਰਾਜ਼ੀ ਹੋ ਗਿਆ। ਤੁਹਾਡੇ ਘਰੋਂ ਕੋਈ ਆ ਜਾਵੇਗਾ ਤੁਹਾਡੇ ਨਾਲ? ਡਾਕਟਰ ਨੇ ਪੁੱਛਿਆ। ਨਹੀਂ, ਕੋਈ ਨਹੀਂ। ਪਰ ਤੁਹਾਡੀ ਬੀਵੀ, ਬੱਚੇ? ਉਹ ਹੱਸ ਪਿਆ। ਬੀਵੀ ਤਾਂ ਪਿਛਲੇ 6 ਵਰਿਆਂ ਤੋਂ ਅੱਲਾ ਮੀਆਂ ਦੇ ਘਰ ਚਰਖਾ ਕੱਤ ਰਹੀ ਹੈ ਤੇ ਬੇਟਾ ਦੂਰ ਹੈ ਅਮਰੀਕਾ। ਡਾਕਟਰਾਂ ਵੱਲੋਂ ਰਸੀਦ ਦਾ ਅੰਦਰੂਨੀ ਟੈਸਟ ਹੋਇਆ। 6 ਹਫ਼ਤਿਆਂ ਮਗਰੋਂ ਜਦੋਂ ਉਹ ਟੈਸਟ ਦਾ ਨਤੀਜਾ ਪਤਾ ਕਰਨ ਫੇਰ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਮੁੜ ਕੇ ਉਹਨੂੰ ਉਹਦੇ ਬੇਟੇ ਬਾਰੇ ਪੁੱਛਣਾ ਸ਼ੁਰੂ ਕੀਤਾ। ਤੁਸੀਂ ਮੇਰੇ ਬੇਟੇ ਨੂੰ ਮੇਰੇ ਨਾਲੋਂ ਜ਼ਿਆਦਾ ਅਕਲਮੰਦ ਸਮਝਦੇ ਹੋ? ਮੇਰੇ ਨਾਲੋਂ ਜ਼ਿਆਦਾ ਤਾਕਤਵਰ? ਤੁਸੀਂ ਰਿਜ਼ਲਟ ਦੱਸੋ। ਮੇਰੇ ਵਿੱਚ ਵੱਤ ਹੈ ਸੁਣਨ ਦੀ, ਉਹ ਮੁਸਕੁਰਾਇਆ। ਡਾਕਟਰਾਂ ਨੇ ਆਖਰ ਬੜੀ ਨਰਮੀ ਨਾਲ ਬੜਾ ਹੀ ਵਰਚਾ ਕੇ ਉਸਨੂੰ ਦੱਸਿਆ ਕਿ ਉਹਦੇ ਮੇਦੇ ਵਿੱਚ ਕੈਂਸਰ ਹੈ। ਡਾਕਟਰ ਨੇ ਸੋਚਿਆ ਉਹ ਇਸ ਖਬਰ ਦੇ ਸਦਮੇ ਨਾਲ ਖਾਮੋਸ਼ ਹੋ ਗਿਆ ਸੀ। ਬੜੀ ਹਮਦਰਦੀ ਨਾਲ ਉਹਨੇ ਰਸ਼ੀਦ ਦਾ ਹੱਥ ਘੁੱਟਿਆ। ਤੁਸੀਂ ਬੇਟੇ ਨੂੰ ਅਮਰੀਕਾ ਤੋਂ ਬੁਲਾ ਲਓ, ਕੈਂਸਰ ਦਾ ਵੀ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਆਪਰੇਸ਼ਨ ਹੋ ਸਕਦਾ ਹੈ, ਦਵਾਈਆਂ ਨੇ, ਬਿਜਲੀ ਦਾ ਇਲਾਜ ਹੈ, ਘਬਰਾਉਣ ਦੀ ਕੋਈ ਗੱਲ ਨਹੀਂ। ਰਸ਼ੀਦ ਮੁਸਕੁਰਾਇਆ। ਤੇ ਜੇ ਇਲਾਜ ਨਾ ਕੀਤਾ ਜਾਏ ਤਾਂ? ਕਿੰਨਾ ਚਿਰ? ਡਾਕਟਰ ਨੇ ਕਿਹਾ, ਸਾਲ। ਪਰ ਦਵਾਈਆਂ ਹਰ ਰੋਜ਼ ਖਾਣੀਆਂ ਪੈਣਗੀਆਂ। ਉਸ ਤੋਂ ਮਗਰੋਂ ਸ਼ਾਇਦ ਦਰਦ ਵੱਧ ਜਾਵੇ ਤੇ ਹਸਪਤਾਲ ਵਿੱਚ ਦਾਖਲ ਹੋਣਾ ਪਵੇ। ਮੇਰੀ ਤਾਂ ਇਹੀ ਸਲਾਹ ਹੈ ਕਿ ਬੇਟੇ ਨੂੰ ਬੁਲਾ ਲਵੋ, ਹੁਣੇ ਹੀ ਦਾਖਲ ਹੋ ਜਾਵੋ ਤੇ ਸਾਨੂੰ ਆਪਣੀ ਵਾਹ ਲਾ ਲੈਣ ਦਿਓ। ਤੇ ਜੇ ਕੋਈ ਦਵਾਈ ਵੀ ਨਾ ਖਾਵੇ? ਇਹ ਤਾਂ ਖੁਦਕੁਸ਼ੀ ਹੈ। ਨਹੀਂ, ਮੇਰਾ ਮਤਲਬ ਸੀ ਕਿ ਜੇ ਮੈਨੂੰ ਪਤਾ ਹੀ ਨਾ ਲੱਗਦਾ, ਪੀੜ ਹੀ ਨਾ ਹੁੰਦੀ ਤੇ ਜੇ ਹੁੰਦੀ ਵੀ ਤਾਂ ਮੈਂ ਹਸਪਤਾਲ ਹੀ ਨਾ ਆਉਂਦਾ, ਟੈਸਟ ਹੀ ਨਾ ਹੁੰਦੇ ਤਾਂ ਕਿੰਨਾ ਚਿਰ ਇਸੇ ਤਰ੍ਹਾਂ ਲੰਘ ਜਾਂਦਾ? ਡਾਕਟਰ ਨੇ ਮੋਢੇ ਹਿਲਾਏ, ਧੌਣ ਵਿੱਚ ਖੰਭ ਦੇ ਕੇ ਕਿਹਾ, 6 ਮਹੀਨੇ, 5 ਮਹੀਨੇ, 8 ਮਹੀਨੇ, ਕੀ ਕਿਹਾ ਜਾ ਸਕਦਾ ਹੈ? ਕਿਸਮਤ ਤੇ ਵੀ ਨਿਰਭਰ ਕਰਦਾ ਹੈ। ਘਰ ਆ ਕੇ ਉਹਨੇ ਆਪਣੀ ਜ਼ਿੰਦਗੀ ਦਾ ਹਿਸਾਬ ਕਿਤਾਬ ਜੋੜਨਾ ਸ਼ੁਰੂ ਕੀਤਾ। ਜੋੜਨ ਲੱਗਾ ਤਾਂ ਸਾਰੇ ਜਵਾਬ ਮਨਫੀ ਵਿੱਚ ਆਏ। ਕਮਾਲ ਹੈ, ਉਹਨੇ ਸੋਚਿਆ, ਇੰਨੇ ਵਰੇ ਗੁਜ਼ਰ ਗਏ, ਮੈਂ ਕਦੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੀ ਵਹੀ ਖੋਲ ਕੇ ਵੇਖਿਆ ਹੀ ਨਹੀਂ ਕਿ ਖੱਟਿਆ ਤੇ ਕੀ ਗਵਾਇਆ। ਅਚਾਨਕ ਰਸ਼ੀਦ ਨੂੰ ਲੱਗਾ ਉਹ ਹੋਰਨਾਂ ਲੋਕਾਂ ਨਾਲੋਂ ਜ਼ਿਆਦਾ ਕਿਸਮਤ ਵਾਲਾ ਸੀ, ਨਹੀਂ ਤੇ ਮੌਤ ਦੇ ਮੁਕਾਮ ਦਾ ਕਿਹਨੂੰ ਪਤਾ ਲੱਗਦਾ ਹੈ? ਅਚਾਨਕ ਬੈਠੇ ਹੋ ਤੇ ਅਚਾਨਕ ਲੜਕ ਜਾਂਦੇ ਹੋ, ਬਸ ਖਤਮ। ਇੱਕ ਉਹ ਸੀ ਕਿ ਉਹਨੂੰ ਪਤਾ ਸੀ ਕਿ 6 ਮਹੀਨੇ ਹੈ ਉਹਦੇ ਕੋਲ, ਤੇ ਫੇਰ ਸੋਚਾਂਗੇ, ਫਿਲਹਾਲ ਤਾਂ। ਤੇ ਫੇਰ ਪੂਰੀ ਦੀ ਪੂਰੀ ਗੁਜ਼ਾਰੀ ਜ਼ਿੰਦਗੀ ਉਹਦੇ ਸਾਹਮਣੇ ਘੁੰਮਣ ਲੱਗਦੀ। ਪਰ ਯਾਰ, ਹੈ ਨਾ ਕਮਾਲ ਦੀ ਗੱਲ, ਇੰਨੇ ਸਾਲ ਸੋਚਿਆ ਹੀ ਨਹੀਂ ਕਿ ਇਹ ਗੁਜ਼ਰ ਰਹੀ ਇੱਕ ਜ਼ਿੰਦਗੀ। ਰਸ਼ੀਦ ਆਪਣੇ ਆਪ ਨਾਲ ਗੱਲਾਂ ਕਰਦਾ, ਫਰੀਦਾ ਮੇਰੀ ਜਾਨ, ਸ਼ਾਇਦ ਤੂੰ ਹੀ ਮੈਨੂੰ ਬੁਲਾ ਰਹੀ ਹੈ, ਉੱਥੇ ਇਕੱਲਿਆਂ ਦਿਲ ਨਹੀਂ ਨਾ ਲੱਗਦਾ ਤੇਰਾ? ਉਹ ਲਾਡ ਨਾਲ ਆਪਣੀ ਬੀਵੀ ਤੇ ਤਸੱਬਰ ਨੂੰ ਪੁੱਛਦਾ, ਉੱਥੇ ਕਿੱਥੇ ਯਾਰ? ਉਹ ਤਾਂ ਕਬਰ ਵਿੱਚ ਲੇਟੀ ਆਰਾਮ ਨਾਲ, ਤੂੰ ਵੀ ਕੀ ਆਪਣੀ ਬੇਲੀ ਰਮੇਸ਼ ਵਾਂਗੂ ਸੋਚੀ ਜਾਂਦਾ ਕਿ ਉਹਦੀ ਬੇਟੀ ਜਾ ਕੇ
ਉੱਤੇ ਕਿਧਰੇ ਬੱਦਲਾਂ ਦੇ ਪਰਲੇ ਪਾਸੇ ਚੰਦ ਤਾਰਿਆਂ ਦੀ ਦੁਨੀਆ ਵਿੱਚ ਰਹਿ ਰਹੀ ਹੈ। ਇੰਨੇ ਸਾਲ ਬਸ ਉਹ ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਤੱਕ ਦਾ ਫਾਸਲਾ ਤੈਅ ਕਰਦਾ ਰਿਹਾ ਸੀ ਤੇ ਦਫ਼ਤਰ ਵਿੱਚ ਫਾਈਲਾਂ ਦੀਆਂ ਨੋਟਿੰਗਸ ਤੋਂ ਲੈ ਕੇ ਸਾਹਿਬ ਦੇ ਕਮਰੇ ਦਾ ਬਸ ਦੁਨੀਆਦਾਰੀ ਦੁਨੀਆਦਾਰੀ ਵੀ ਨਿਭਾਈ ਸੀ ਉਹਨੇ। ਆਪਣੇ ਬਜ਼ੁਰਗ ਮਾਂ ਪਿਓ ਦੀ ਸੇਵਾ ਕੀਤੀ ਸੀ, ਛੋਟੇ ਭਰਾ ਨੂੰ ਪੜ੍ਹਾਇਆ ਸੀ, ਭੈਣਾਂ ਦੇ ਵਿਆਹ ਕੀਤੇ ਸਨ, ਖੁਦ ਦੇ 3 ਬੱਚੇ ਹੋਏ ਸਨ, ਪਰ ਬੱਚਿਆ ਇੱਕੋ ਸੀ ਅਸਲਮ। ਅਸਲਮ ਡਾਕਟਰੀ ਪਾਸ ਕਰਕੇ ਵੱਡੀ ਪੜ੍ਹਾਈ ਕਰਨ ਲਈ ਅਮਰੀਕਾ ਚਲਾ ਗਿਆ ਸੀ। ਆਪ ਹੀ ਤੇ ਤੋਰਿਆ ਸੀ ਮੈਂ, ਬੱਚਿਆਂ ਦੀ ਖੁਸ਼ੀ ਵਿੱਚ ਹੀ ਖੁਸ਼ੀ ਮਿਲਦੀ ਹੈ ਨੀ। ਪਰ ਇਹ ਤਾਂ ਨਹੀਂ ਸੀ ਕਿਹਾ ਮੈਂ ਉਹਨੂੰ ਕਿ ਫੇਰ ਵਾਪਸ ਮੁੜ ਕੇ ਆਵੀ ਹੀ ਨਾ। ਪੜ੍ਹਾਈ ਖਤਮ ਕੀਤੀ ਤੇ ਉਥੇ ਹੀ ਸੈਟਲ ਹੋ ਗਿਆ। ਨਲਾਇਕ ਚਿੱਠੀ ਲਿਖੀ ਜਿਸ ਵਿੱਚ ਇਤਲਾਹ ਦਿੱਤੀ ਹੋਈ ਸੀ ਕਿ ਉਥੇ ਹੀ ਨੌਕਰੀ ਜੁਆਇਨ ਕਰ ਰਿਹਾ ਹੈ। ਅਹਿਮਕ ਘੱਟੋ ਘੱਟ ਇਜਾਜ਼ਤ ਤਾਂ ਲੈ ਹੀ ਸਕਦਾ ਸੀ। ਰਸੀਦ ਨੇ ਦਫ਼ਤਰ ਅਸਤੀਫਾ ਦੇ ਦਿੱਤਾ, ਕਿਸੇ ਨੂੰ ਕੁਝ ਨਹੀਂ ਦੱਸਿਆ, ਨਾਲ ਕੰਮ ਕਰਨ ਵਾਲਿਆਂ ਨੂੰ ਇਹੀ ਕਿਹਾ ਕਿ ਉਹ ਜਾ ਕੇ ਪਿੰਡ ਰਹਿਣਾ ਚਾਹੁੰਦਾ ਹੈ। ਪਿੰਡ ਵਿੱਚ ਆਪਣਾ ਪੁਰਾਣਾ ਘਰ ਹੈ, ਪੱਕੀ ਹਵੇਲੀ ਹੈ, ਸ਼ਹਿਰ ਦੇ ਰੌਲੇ ਵਿੱਚ ਕੀ ਪਿਆ ਹੈ ਆਖਰ। ਬਹੁਤ ਹੋ ਗਿਆ, ਇੰਨੇ ਸਾਲ ਦਰਿਆਗੰਜ ਦੇ ਇੱਕ ਘੁਰਨੇ ਵਿੱਚ ਰਹਿ ਕੇ ਬਿਤਾ ਲਏ, ਹੁਣ ਜਰਾ ਖੁੱਲੀ ਹਵਾ ਵਿੱਚ ਸਾਹ ਲੈਣ ਤੇ ਦਿਲ ਕਰਦਾ ਹੈ। ਰਮੇਸ਼ ਜਿਹੜਾ ਦਫ਼ਤਰ ਵਿੱਚ ਉਹਦੇ ਨਾਲ ਵਾਲੀ ਮੇਜ ਤੇ ਬਹਿੰਦਾ ਸੀ ਹੈਰਾਨ ਸੀ। ਪਰ ਰਸੀਦ ਸਾਹਿਬ ਉੱਥੇ ਇਕੱਲੇ ਕਰਾਂਗੇ ਕੀ? ਇਕੱਲਾ ਤੇ ਇੱਥੇ ਨਹੀਂ ਮੈਂ ਇਕੱਲਾ। ਫੇਰ ਉਹ ਹੱਸ ਪੈਂਦਾ, ਗੱਲ ਨੂੰ ਹਾਸੇ ਵਿੱਚ ਉਡਾ ਦਿੰਦਾ, ਬਈ ਉੱਥੇ ਮੱਝਾਂ ਰੱਖ ਲਵਾਂਗਾ, ਕੁੱਤੇ ਪਾਲ ਲਵਾਂਗਾ, ਬਿੱਲੀਆਂ ਪਾਲ ਲਵਾਂਗਾ, ਪਿੰਡ ਵਿੱਚ ਕਾਦੀ ਇਕੱਲ। ਇਕੱਲ ਤਾਂ ਸ਼ਹਿਰਾਂ ਦੇ ਤਿੱਲੀਆਂ ਵਾਲੀਆਂ ਡੱਬੀਆਂ ਵਰਗੇ ਮਕਾਨਾਂ ਵਿੱਚ ਹੁੰਦੀ ਹੈ। ਅਸਲਮ ਨੂੰ ਪੁੱਛ ਲਿਆ ਹੈ? ਅਸਲਮ, ਉਸ ਨਲਾਇਕ ਨੂੰ ਕਿਉਂ ਪੁੱਛਾਂ? ਮੈਂ ਉਹਦਾ ਪਿਓ ਵਾਂ ਕਿ ਉਹ ਮੇਰਾ ਪਿਓ ਏ? ਰਸ਼ੀਦ ਉੱਚੀ ਸਾਰੀ ਹੱਸਿਆ। ਇਹਨਾਂ ਖੁੱਲ ਕੇ ਹੱਸਦਿਆ ਤਾਂ ਉਸਨੂੰ ਕਦੇ ਕਿਸੇ ਨੇ ਸੁਣਿਆ ਹੀ ਨਹੀਂ ਸੀ। ਅਸਲਮ ਨੂੰ ਉਹਨੇ ਸੱਚਮੁੱਚ ਕੁਝ ਨਹੀਂ ਲਿਖਿਆ। ਉਂਝ ਵੀ ਤੇ 6 ਮਹੀਨਿਆਂ ਵਿੱਚ ਇੱਕ ਅੱਧੀ ਚਿੱਠੀ ਹੀ ਆਂਦੀ ਹੈ। ਉਹਦੀ 6 ਮਹੀਨਿਆਂ ਦੀ ਹੀ ਤੇ ਗੱਲ ਹੈ ਸਾਰੀ, ਉਹਨੂੰ ਪਤਾ ਵੀ ਨਹੀਂ ਲੱਗਣਾ ਕਿ। ਰਸ਼ੀਦ ਸੋਚਦਾ, ਉਂਝ ਵੀ ਯਾਰ ਜੇ ਤੇ ਝਟਪਟ 2-4 ਦਿਨਾਂ ਵਿੱਚ ਹੀ ਮਰਨ ਵਾਲਾ ਹੋਵਾਂ ਤਾਂ ਲਿਖਾਂ ਵੀ ਉਹਨੂੰ, ਆਵੇ ਤੇ ਕੰਮ ਨਿਪਟਾ ਕੇ ਵਾਪਸ ਮੁੜ ਜਾਵੇ। ਹੁਣ ਮੈਂ 6 ਮਹੀਨੇ ਪਹਿਲਾਂ ਹੀ ਕਿਉਂ ਉਹਨੂੰ ਪਿਆ ਦੁਖੀ ਕਰਾਂ? ਖਾਣ ਪਾਣ ਦੀ ਉਮਰ ਦੇ ਉਹਦੀ ਨਹੀਂ, ਉਹ ਆਪਣੇ ਮਨ ਨਾਲ ਦਲੀਲਾਂ ਕਰਦਾ। ਕਵਾਂ ਵੀ ਤੇ ਕੀ, ਪਈਆ ਮੇਰੇ ਕੋਲ ਪੈ ਤੇ ਵਾਚ ਮੀ ਡਾਈਂਗ ਸਲੋ ਡੈਥ, ਵੀ ਮੇਰੇ ਕੋਲ ਆ ਕੇ ਬੈਠ ਤੇ ਮੈਨੂੰ ਹੌਲੀ ਹੌਲੀ ਮਰਦਾ ਦੇਖ, ਇਹ ਕਹਾਂ ਮੈਂ ਬੇਟੇ ਨੂੰ? ਬਈ ਜਾਣਾ ਹੀ ਹੈ ਤਾਂ ਜਰਾ ਟੌਰ ਨਾਲ ਜਾਵਾਂਗੇ, ਆਪਣੀ ਮਰਜ਼ ਨਾਲ, ਨਾ ਅਸਲਮ ਦੇ ਰਹਿਮ ਤੇ ਨਾ ਡਾਕਟਰਾਂ ਦੇ ਰਹਿਮ ਤੇ। ਆ ਕੇ ਕਰੇਗਾ ਕੀ? ਹਸਪਤਾਲ ਦਾਖਲ ਕਰਵਾ ਦੇਵੇਗਾ, ਦਵਾਈਆਂ, ਬੋ, ਟੀਕੇ ਤੇ 6 ਮਹੀਨੇ ਕੁੜੇਗਾ ਕਿ ਬੁੱਢਾ ਨਾ ਹੰਨੇ ਹੁੰਦਾ ਏ ਨਾ ਬੰਨੇ। ਗਲਤ ਗਲਤ ਰਸ਼ੀਦ ਮੀਆਂ, ਬੁੱਢਾ ਕਦੋਂ ਹੋ ਗਿਆ ਤੂੰ? ਹਲੀ ਤਾਂ ਚੰਗਾ ਭਲਾ ਏ। ਜਦੋਂ ਕੁੜੀਆਂ ਆਪਣਾ ਦੁੱਖ ਸੁੱਖ ਫੋਲਣ ਲੱਗ ਪੈਣ, ਤੁਹਾਡੇ ਨਾਲ ਤੇ ਸਲਾਹਾਂ ਮੰਗਣ ਲੱਗਣ, ਉਦੋਂ ਹੀ ਬਜ਼ੁਰਗੀ ਵਿੱਚ ਕਦਮ ਰੱਖਦੇ ਹੋ ਤੁਸੀਂ, ਸਮਝੇ ਹਜ਼ਰਤ? ਘਰ ਦਾ ਸਮਾਨ ਉਹਨੇ ਵੇਚ ਦਿੱਤਾ, ਸਿਰਫ ਇੱਕ ਬਿਸਤਰਾ ਰੱਖਿਆ, ਆਪਣੇ ਪਾਉਣ ਵਾਲੇ ਕੱਪੜੇ ਰੱਖੇ, ਕੁਝ ਸਰਾਣੇ ਦੇ ਗਿਲਾਫ, ਚਦਰਾਂ ਤੇ ਤੌਲੀਏ, ਇੱਕ ਟਰੰਕ ਕਿਤਾਬਾਂ ਦਾ ਭਰਿਆ, 2-4 ਭਾਂਡੇ ਇੱਕ ਟਰੰਕੀ ਵਿੱਚ ਪਾਏ, ਗੈਸ ਦਾ ਚੁੱਲ੍ਹਾ ਵੇਚ ਕੇ ਬਾਜ਼ਾਰੋਂ ਮਿੱਟੀ ਦੇ ਤੇਲ ਦਾ ਇੱਕ ਸਟੋਵ ਖਰੀਦਿਆ, ਇੱਕ ਜੋੜਾ ਚੱਪਲਾਂ ਦਾ ਤੇ ਇੱਕ ਸੈਰ ਕਰਨ ਵਾਲੇ ਕੈਨਵਸ ਦੇ ਮੋਟੇ ਰਬੜ ਸੋਲ ਦੇ ਬੂਟ ਖਰੀਦੇ।
ਵਧੀਆ ਕਾਗਜ਼ਾਂ ਦਾ ਇੱਕ ਪੈਕੇਟ ਤੇ ਪੈਨ, ਬਲੇਡਾਂ ਦੇ 5-7 ਪੈਕੇਟ, ਰੇਜ਼ਰ, ਸ਼ੇਵ ਦਾ ਸਮਾਨ ਤੇ ਪਰਫਿਊਮ ਦੀ ਇੱਕ ਬੋਤਲ ਖਰੀਦੀ। ਰਸ਼ੀਦ ਮੀਆਂ, ਲੱਗਦਾ ਹੈ ਜੰਜੇ ਜਾ ਰਹੇ ਹੈ ਯਾਰ। ਖੁਦਾ ਤੇ ਜੰਜੇ, ਬਸ ਹੁਣ ਅੱਖਾਂ ਵਿੱਚ ਸੁਰਮਾ ਵੀ ਨਾ ਮਟਕਾ ਲਈ। ਉਹ ਆਪਣੇ ਆਪ ਨਾਲ ਮਜ਼ਾਕ ਕਰਦਾ ਕਰਦਾ ਮੁਸਕੁਰਾ ਪੈਂਦਾ। ਰਸ਼ੀਦ ਆਪਣੇ ਆਪ ਨਾਲ ਨਿੱਕੀਆਂ ਨਿੱਕੀਆਂ ਮਸ਼ਕਰੀਆਂ ਕਰਦਾ ਰਹਿੰਦਾ ਤੇ ਮੁਸਕੁਰਾਉਂਦਾ ਰਹਿੰਦਾ, ਜਿਵੇਂ ਵਾਕਈ ਕਿਧਰੇ ਛੁੱਟੀ ਕੱਟਣ ਜਾ ਰਿਹਾ ਹੋਵੇ। ਹੌਲਾ ਫੁੱਲ, ਇਹ ਮੋਹ ਮਾਇਆ ਵੀ ਕੀ ਚੀਜ਼ ਹੈ? ਰਮੇਸ਼ ਕਹਿੰਦਾ ਹੁੰਦਾ ਸੀ, ਬੰਦਾ ਹੋਰ ਸਾਰੇ ਖਲਗਜਣਾ ਵਿੱਚੋਂ ਪਾਵੇ ਨਿਕਲ ਜਾਵੇ, ਇਸ ਮੋਹ ਮਾਇਆ ਦੇ ਜੰਜਾਲ ਵਿੱਚੋਂ ਨਹੀਂ ਨਿਕਲ ਸਕਦਾ। ਧੀਆਂ ਪੁੱਤਰ, ਬੀਵੀ, ਭਰਾ ਭੈਣ, ਮਾਂ ਪਿਓ, ਰਿਸ਼ਤੇ ਨਾਤੇ, ਇਹ ਸਭ ਬੰਨੀ ਰੱਖਦੇ ਨੇ ਬੰਦੇ ਨੂੰ। ਫਿਰ ਘਰ ਘਰ ਵਿੱਚ ਮੱਕੜੀ ਦੇ ਜਾਲੇ ਵਾਂਗੂ ਬੁਣਿਆ 3600 ਲੋੜ ਵਾਲੀਆਂ ਤੇ 7200 ਬੇਲੋੜੀਆਂ ਚੀਜ਼ਾਂ ਦਾ ਜਾਲ। ਪਰ ਮੈਨੂੰ ਇੱਕ ਸਾਰੇ ਜਾਲੇ ਹੁੰਝ ਕੇ ਬੁਹਾਰ ਕੇ ਬਾਹਰ ਸੁੱਟ ਦਿੱਤੇ ਨੇ, ਹੈ ਕਿ ਨਹੀਂ? ਸਾਰਾ ਕੁਝ ਵੇਚ ਕੇ ਉਹਨੇ ਪੈਸਿਆਂ ਦਾ ਹਿਸਾਬ ਕੀਤਾ ਤਾਂ ਉਹਨੂੰ ਲੱਗਾ ਕਿ ਇੰਨੀ ਬਾਦਸ਼ਾਹਤ ਤਾਂ ਉਹਨੇ ਸਾਰੀ ਉਮਰ ਨਹੀਂ ਸੀ ਵੇਖੀ। ਇੰਨੇ ਸਾਰੇ ਪੈਸੇ ਬਚ ਗਏ ਸਨ ਤੇ ਸਾਰੇ ਦੇ ਸਾਰੇ ਉਹਨੇ 6-7 ਮਹੀਨਿਆਂ ਵਿੱਚ ਮੁਕਾ ਲੈਣੇ ਸਨ। ਵਾਹ ਯਾਰ, ਰਹੀ ਸੇ ਤੂੰ ਤਾਂ, ਭਾਵੇਂ 2 ਘੋੜੀਆਂ ਵਾਲੀ ਬੱਗੀ ਖਰੀਦ ਲੈ। ਕੋਚਵਾਨ ਘੋੜਿਆਂ ਨੂੰ ਟਿਚਕਾਰਿਆਂ ਮਾਰ ਮਾਰ ਕੇ ਚਲਾਏ ਤੇ ਤੂੰ ਪਿੱਛੇ ਸੀਟ ਤੇ ਬੈਠਾ ਦੁਨੀਆ ਦੇ ਨਜ਼ਾਰੇ ਵੇਖੀ। ਜ਼ਿੰਦਗੀ ਵਿੱਚ ਪਹਿਲੀ ਵਾਰੀ ਰਸ਼ੀਦ ਨੇ ਫਸਟ ਕਲਾਸ ਵਿੱਚ ਸਫ਼ਰ ਕੀਤਾ। ਸਟੇਸ਼ਨ ਤੋਂ ਪਿੰਡ ਤੱਕ ਟੈਕਸੀ ਲੈ ਲਈ ਤੇ ਹਵੇਲੀ ਦੇ ਅੱਗੇ ਆਣ ਉਤਰਿਆ। ਰਸ਼ੀਦ ਨੂੰ ਲੱਗਾ ਉਹਦੀ ਗਰਦਨ ਵਿੱਚ ਇੱਕ ਅਜੀਬ ਹੁਲਾਰ ਜਿਹਾ ਸੀ, ਉਹਦੀ ਚਾਲ ਵਿੱਚ ਇੱਕ ਅਜੀਬ ਮਸਤਾਨਾ ਤੇ ਦਿਲ ਵਿੱਚ ਚਾ। ਹਵੇਲੀ ਦੇ ਵੱਡੇ ਮੋਟੇ ਲੱਕੜੀ ਦੇ ਬੂਹੇ ਬੰਦ ਸਨ, ਜਿਨ੍ਹਾਂ ਤੇ ਉਭਰੇ ਹੋਏ ਗੋਟੂਆਂ ਦੇ ਉੱਤੇ ਪਿੱਤਲ ਦੇ ਗੋਲ ਕੋਕੇ ਚਿਰੋਕਣੇ ਜੰਗਾਲੇ ਜਾ ਚੁੱਕੇ ਸਨ। ਕਿੰਨੇ ਸਾਲਾਂ ਮਗਰੋਂ ਪਿੰਡ ਆਇਆ ਸੀ ਉਹ, ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਮੋਟੀ ਲੰਮੀ ਚਾਬੀ ਉਹਨੇ ਜੇਬ ਵਿੱਚੋਂ ਕੱਢੀ, ਲੱਕੜ ਦੇ ਪੱਲਿਆਂ ਦੇ ਅੰਦਰ ਵਾੜ ਲੱਗਾ, ਤਾਲਾ ਵੀ ਸ਼ਾਇਦ ਅੰਦਰੋਂ ਜੰਗਾ ਲਿਆ ਹੋਇਆ ਸੀ, ਚਾਬੀ ਘੁੰਮ ਹੀ ਨਹੀਂ ਰਹੀ ਸੀ। ਕਿਉਂ ਯਾਰ, ਤੇਰੇ ਵੀ ਢਿੱਡ ਵਿੱਚ ਕੈਂਸਰ ਜਾਪਦਾ ਹੈ? ਉਹਨੇ ਚੁੱਪਚਾਪ ਜਿੰਦਰੇ ਨੂੰ ਕਿਹਾ ਤੇ ਫੇਰ ਉਦਾਸ ਹੋ ਗਿਆ। ਤੂੰ ਵੀ ਰਸ਼ੀਦ ਯਾਰ ਬੜਾ ਅਜੀਬ ਬੰਦਾ ਹੈ, ਘਰ ਦੇ ਅੰਦਰ ਵੜਨ ਲੱਗਿਆ ਕੋਈ ਚੰਗੀ ਗੱਲ ਸੋਚੀ ਦੀ ਹੈ ਤੇ ਤੂੰ, ਉਹਨੇ ਆਪ ਨੂੰ ਡਾਂਟਿਆ। ਇਹਨੂੰ ਥੋੜੇ ਜਿਹੇ ਤੇਲ ਦੀ ਲੋੜ ਹੈ ਸ਼ਾਇਦ। ਤੇਲ ਹੈ ਤੇ ਸਹੀ, ਤੇਲ ਉਹ ਕਿੱਥੇ ਵੇ ਮੇਰਾ ਵੈਨਿਟੀ ਬੈਗ? ਵੈਨਿਟੀ ਬੈਗ ਤੇ ਰਸ਼ੀਦ ਮੁਸਕੁਰਾਇਆ। ਵੈਨਿਟੀ? ਸਿਰ ਨੂੰ ਲਾਣ ਵਾਲੇ ਤੇਲ ਨਾਲ ਚਾਬੀ ਨੂੰ ਚੰਗੀ ਤਰ੍ਹਾਂ ਪਿਓ ਕੇ ਜਦੋਂ ਉਹਨੇ ਜਿੰਦਰੇ ਵਿੱਚ ਘੁਮਾਈ ਤਾਂ ਜਿੰਦਰਾ ਖੁੱਲ ਗਿਆ। ਤੂੰ ਵੀ ਦੋਸਤ ਦੁਨੀਆ ਦੀ ਨਬਜ਼ ਖੂਬ ਪਛਾਣਦਾ ਹੈ, ਕਿਸੇ ਨੇਤਾ ਨੂਤਾ ਦਾ ਸਾਇਆ ਪੈ ਗਿਆ ਲੱਗਦਾ ਹੈ ਤੇਰੇ ਤੇ ਵੀ, ਤੇਲ ਦੇਣ ਤੋਂ ਬਗੈਰ ਗੱਲ ਹੀ ਨਹੀਂ ਕਰਦਾ। ਉਹਨੇ ਜਿੰਦਰੇ ਨੂੰ ਮਸ਼ਕਰੀ ਕੀਤੀ। ਲੱਕੜ ਦੇ ਮੋਟੇ ਬੂਹੇ ਚਰਮਰ ਕਰਦੇ ਹੋਏ ਖੁੱਲ ਗਏ। ਖਲੋ ਜਾਓ ਖਲੋ ਜਾਓ, ਏ ਦੇਣਾ ਮੈਂ ਤੁਹਾਨੂੰ ਤੇਲ ਵੀ। ਡੰਡ ਕਿਉਂ ਪਾਈ ਜਾਂਦੇ ਹੋ? ਤਕਾਲਾਂ ਦਾ ਵੇਲਾ ਸੀ। ਟੈਕਸੀ ਦੀ ਆਵਾਜ਼ ਸੁਣ ਕੇ ਹੀ ਮੁਹੱਲੇ ਦੇ ਬੱਚੇ ਉਹਦੇ ਦੁਆਲੇ ਆਣ ਇਕੱਠੇ ਹੋਏ ਸਨ ਤੇ ਦੂਰੋਂ ਦੂਰੋਂ ਉਹਨੂੰ ਘੂਰਦੇ ਹੋਏ ਚੁੱਪਚਾਪ ਖੜੋਤੇ ਸਨ। ਰਸ਼ੀਦ ਯਾਰ, ਹੁਣ ਇਹਨਾਂ ਹਫ਼ਤਾ ਨਾਲ ਨਾ ਦੋਸਤੀ ਕਰਨ ਪੈ ਜਾਈ, ਨਹੀਂ ਤੇ ਦਿਨ ਰਾਤ ਤੈਨੂੰ ਘੇਰੀ ਰੱਖਣਗੇ। ਤੂੰ ਇੱਥੇ ਮਸਤੀ ਮਾਰਨ ਆਇਆ ਹੈ ਕਿ ਲੋਕਾਂ ਦੇ ਜੰਮੇ ਬਾਲ ਖਿਡਾਉਣ? ਉਹਨੇ ਬੱਚਿਆਂ ਦੀਆਂ ਨਜ਼ਰਾਂ ਨਾਲ ਨਜ਼ਰ ਨਹੀਂ ਮਿਲਾਈ। ਮੂੰਹ ਧਿਆਨ ਜਿੰਦਰਾ ਖੋਲ ਕੇ ਉਹ ਸਮਾਨ ਅੰਦਰ ਲੈ ਗਿਆ ਤੇ ਫਿਰ ਬਾਲਾਂ ਦੇ ਸਿਰਾਂ ਦੇ ਉੱਤੋਂ ਦੀ ਪਰਾਂ ਵੇਖਦਿਆਂ ਹੋਇਆ ਬੂਹਾ ਅੰਦਰੋਂ ਬੰਦ ਕਰ ਲਿਆ।
ਹਵੇਲੀ ਦੇ ਇੱਕ ਇੱਕ ਕਮਰੇ ਨੂੰ ਖੋਲ ਕੇ ਉਹ ਵੇਖ ਰਿਹਾ ਸੀ। ਹਰ ਕਮਰੇ ਵਿੱਚ ਬਹੁਤ ਸਾਰਾ ਹਨੇਰਾ ਦੁਬਕ ਕੇ ਬੈਠਾ ਹੋਇਆ ਸੀ ਤੇ ਹਨੇਰੇ ਵਿੱਚ ਬਾਸੀ ਘੱਟੇ ਮਿੱਟੀ ਦੇ ਤੇ ਬਾਸੀ ਹਵਾ ਦੇ ਸਾਹ ਘੁਲੇ ਹੋਏ ਸਨ। ਘਰ ਵੀ ਕੀ ਚੀਜ਼ ਹੁੰਦਾ ਹੈ ਯਾਰ ਰਸ਼ੀਦ, ਇਸ ਵਿੱਚ ਰਹਿਣ ਦੇ ਰਹੋਗੇ, ਇਸ ਨੂੰ ਇਸਤੇਮਾਲ ਕਰਦੇ ਰਹੋਗੇ, ਧੋਂਦੇ ਪੂੰਝਦੇ ਰਗੜਦੇ ਰਹੋਗੇ ਤਾਂ ਇਸ ਵਿੱਚੋਂ ਮਹਿਕ ਆਉਂਦੀ ਹੈ ਤੇ ਜੇ ਬੰਦ ਕਰ ਦਿਓ ਤਾਂ ਭੂਤਾਂ ਦਾ ਡੇਰਾ ਲੱਗਣ ਲੱਗਦਾ ਹੈ। ਰਸ਼ੀਦ ਉਦਾਸ ਹੋ ਗਿਆ। ਰੁਮਾਲ ਨਾਲ ਉਹਨੇ ਚੌੜੇ ਪਲੰਗ ਦੀ ਹੀ ਤੋਂ ਮਿੱਟੀ ਚਾੜੀ ਤੇ ਬਹਿ ਗਿਆ। ਦੋਵੇਂ ਅਰਕਾਂ ਗੋਡਿਆਂ ਤੇ ਟਿਕਾ ਕੇ ਉਂਗਲਾਂ ਦੀ ਕੜਿੰਗੜੀ ਉੱਤੇ ਠੋਡੀ ਟਿਕਾ ਲਈ। ਫਰੀਦਾ ਉਹਦੇ ਸਾਹਮਣੇ ਤੁਰਨ ਫਿਰਨ ਲੱਗੀ, ਗੋਸ਼ ਦੀ ਹਾਂਡੀ ਵਿੱਚ ਕੜਛੀ ਹਿਲਾਉਣ ਲੱਗੀ, ਤੰਦੂਰੋ ਗਰਮ ਗਰਮ ਰੋਟੀਆਂ ਲਾਉਣ ਲੱਗੀ ਤੇ ਤੰਦੂਰੇ ਪੱਕਦੀਆਂ ਰੋਟੀਆਂ ਦੀ ਇਲਾਹੀ ਖੁਸ਼ਬੂ ਵਿੱਚ ਰਸ਼ੀਦ ਗਵਾਚ ਜਿਆ ਗਿਆ। ਅਗਲੇ ਦਿਨ ਤੜਕੇ ਤੜਕੇ ਚਿੜੀਆਂ ਦੇ ਗੌਰ ਨੇ ਤੇ ਕਬੂਤਰਾਂ ਦੀ ਚੁਜਕਦੀ ਗੁਟਰਬੂ ਨੇ ਉਹਨੂੰ ਜਗਾ ਦਿੱਤਾ। ਅਜੇ ਮੂੰਹ ਚੱਖ ਰਹੀ ਸੀ, ਉਹ ਪਹਿਲਾਂ ਤਾਂ ਉੱਠ ਕੇ ਸਲੀਪਰ ਵਿੱਚ ਪੈਰ ਅੜਾ ਕੇ ਸੁੱਤ ਉਨੀਂਦਾ ਜਿਹਾ ਬੂਹੇ ਵੱਲ ਤੁਰਨ ਲੱਗਾ। ਦੋ ਕਦਮ ਹੀ ਤੁਰਿਆ ਸੀ ਕਿ ਖਲੋ ਗਿਆ, ਮੁਸਕੁਰਾਇਆ। ਕਿਉਂ ਰਸ਼ੀਦ ਮੀਆਂ, ਬੂਹੇ ਦੇ ਬਾਹਰੋਂ ਅਖਬਾਰ ਚੁੱਕਣ ਤੁਰਿਆ ਤਾਂ ਕਿ ਸਿਗਰੇਟ ਸੁਲਗਾ ਕੇ ਮਜ਼ੇ ਨਾਲ ਕਮੋੜ ਤੇ ਬਹਿ ਕੇ ਦੁਨੀਆ ਦੀਆਂ ਖਬਰਾਂ ਦਾ ਮੁਆਇਨਾ ਕੀਤਾ ਜਾਵੇ? ਹਜ਼ੂਰ, ਇਹ ਦਰਿਆਗੰਜ ਨਹੀਂ ਹੈ, ਇਹ ਤਾਂ ਆਪਣਾ ਪਿੰਡ ਹੈ ਤੇ ਤੁਸੀਂ ਚੌਧਰੀ ਸਾਹਿਬ ਜਰਾ ਜਾਗੋ, ਸੋਮਲ ਹੋਵੋ, ਫੜੋ ਲੋਟਾ ਤੇ ਚਲੋ ਬਾਹਰ ਜੰਗਲ ਪਾਣੀ। ਪਾਣੀ ਲੋਟੇ ਵਿੱਚ ਤੇ ਜੰਗਲ ਚੱਲ ਕੇ ਬਾਹਰ ਲੱਭੋ ਤਾਂ ਕਿ ਬਾਹਰੋਂ ਖਾਲੀ ਲੋਟੇ ਨੂੰ ਹੱਥ ਵਿੱਚ ਚੁਲਾਉਂਦਾ ਵਾਪਸ ਪਰਤਿਆ ਤਾਂ ਬਚਪਨ ਦੀਆਂ ਸਵੇਰਾਂ ਯਾਦ ਆ ਗਈਆਂ। ਵਾਪਸ ਮੁੜਦੀ ਵਾਰੀ ਤਾਂ ਕਿੱਕਰ ਦੀਆਂ ਟਾਹਣੀਆਂ ਭਾਂਦੀਆਂ ਹੁੰਦੀਆਂ ਸਨ, ਫਿਰ ਉਹਨਾਂ ਨੂੰ ਛਾਂਗਣਾ ਹੁੰਦਾ ਸੀ ਤੇ ਫਿਰ ਛੋਟੀਆਂ ਛੋਟੀਆਂ ਦਾਤਣਾਂ ਬਣਾ ਕੇ ਘਰ ਲਿਆਉਣੀਆਂ ਹੁੰਦੀਆਂ ਸਨ। ਇੱਕ ਦਾਤਣ ਰਾਹ ਵਿੱਚ ਮਜੇ ਮਜੇ ਚਿਖੜੀ ਹੁੰਦੀ ਸੀ, ਘਰ ਆ ਕੇ ਦਾਤਣਾਂ ਸਭ ਨੂੰ ਦੇਣੀਆਂ ਉਸੇ ਦੀ ਡਿਊਟੀ ਹੋਇਆ ਕਰਦੀ ਸੀ। ਇਹ ਸੋਚ ਕੇ ਰਸ਼ੀਦ ਦਾ ਮਨ ਕੂਲਾ ਹੋ ਗਿਆ, ਉਜਲਾ ਵੀ। ਉਹ ਮੁਸਕੁਰਾਇਆ। ਚਾਰੇ ਪਾਸੇ ਖੇਤ ਲਹਿਲਾ ਰਹੇ ਸਨ, ਹਵਾ ਵਿੱਚ ਕੁੰਮੜੀ ਠੰਡ ਸੀ। ਅਕਤੂਬਰ ਦਾ ਅੱਜ ਸੀ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ। ਰਸ਼ੀਦ ਮਨ ਵਿੱਚ ਹੀ ਇੱਕ ਵਾਰੀ ਫੇਰ ਸੈਂਕੜੇ ਵਾਰ ਹੋਈ ਗਿਣਤੀ ਦੁਹਰਾਉਣ ਲੱਗਾ। ਮਾਰਚ, ਮਾਰਚ ਦਾ ਵੀ ਬਹੁਤ ਖੂਬਸੂਰਤ ਮਹੀਨਾ ਹੁੰਦਾ ਹੈ ਯਾਰ ਰਸ਼ੀਦ, ਨਾ ਠੰਡ ਨਾ ਗਰਮੀ, ਬੜਾ ਨਰਮ ਮਹੀਨਾ ਹੈ ਮਾਰਚ ਦਾ। ਸਫ਼ਰ ਤੇ ਤੁਰਨ ਲਈ, ਕੋਈ ਵੀ ਕੰਮ ਕਰਨ ਲਈ ਮੌਸਮ ਦਾ ਤੇ ਮਹੀਨੇ ਦਾ ਠੀਕ ਹੋਣਾ ਬੜਾ ਅਹਿਮ ਹੈ, ਨਹੀਂ ਮਰਨ ਲਈ ਵੀ। ਫੇਰ ਉਹੀ ਮਰਨਾ ਕਿਹੜਾ ਅਲੰਕਾਰ ਕੰਮ ਹੈ ਬੇਲੀਆ, ਸਾਰੇ ਹੀ ਕਰਦੇ ਨੇ ਚੌਂ ਪਾਸੇ ਦਿਨ ਰਾਤ। ਸੋਚ ਕੇ ਫੇਰ ਉਦਾਸ ਹੋਣ ਲੱਗਾ। ਬਹੁਤਾ ਰਸ਼ੀਦ ਤੇ ਮਰੀਮ ਬਾਰੇ, ਉਹਦੇ ਆਪਣੇ ਦੋ ਬੱਚੇ ਜਿਹੜੇ ਨਹੀਂ ਸਨ ਰਹੇ। ਉਦੋਂ ਦਾ ਰਸ਼ੀਦ ਖੁਦਾ ਨਾਲ ਖਫਾ ਸੀ, ਪਹਿਲਾਂ ਤਾਂ ਬਹੁਤ ਜ਼ਿਆਦਾ ਨਾਰਾਜ਼ ਸੀ। ਦਿਨ ਰਾਤ ਉਹਦੇ ਜਿਹਨ ਵਿੱਚ ਝਗੜਾ ਹੁੰਦਾ ਰਹਿੰਦਾ ਕਿਸੇ ਉਸ ਨਾਲ ਜਿਸਨੇ ਉਹਦੇ ਮਰੀਮ ਉਹਦੇ ਕੋਲੋਂ ਖੋ ਲਈ ਸੀ, ਪਰ ਮਗਰੋਂ ਉਹਨੇ ਖੁਦਾ ਦੀ ਉਹਨੂੰ ਗੋਲਣੋ ਗੁਰੇਜ ਕਰਨਾ ਸ਼ੁਰੂ ਕਰ ਦਿੱਤਾ, ਹੈ ਤੇ ਹੈ, ਨਹੀਂ ਹੈ ਤੇ ਨਹੀਂ ਹੈ, ਜਿਸ ਤਰ੍ਹਾਂ ਕਿਸੇ ਲੜਾਕੇ ਗਵਾਂਢੀ ਨੂੰ ਅਸੀਂ ਵੇਖ ਕੇ ਅਣਡਿੱਤ ਕਰ ਛੱਡਦੇ ਹਾਂ ਉਸੇ ਤਰ੍ਹਾਂ। ਓਏ ਰਸ਼ੀਦ ਮੀਆਂ, ਉਧਰ ਕਿੱਧਰ ਤੁਰ ਪਿਆ ਹੈ ਮੂੰਹ ਚੁੱਕ ਕੇ ਪੋਤੇ ਵਾਂਗਰਾ? ਆਪਣੇ ਘਰ ਦੀ ਗਲੀ ਦਾ ਮੋੜ ਤਾਂ ਪਿੱਛੇ ਰਹਿ ਗਿਆ ਤੇ ਉਹ ਵਾਪਸ ਮੁੜ ਪਿਆ। ਹੁਣ ਉਹ ਪਿੰਡ ਦੀ ਗਲੀ ਵਿੱਚ ਸੀ, ਲੰਘਦੇ ਆਉਂਦੇ ਲੋਕ ਉਹਨੂੰ ਪਲਕ ਖੜੋ ਕੇ ਪਛਾਣਨ ਦੀ ਕੋਸ਼ਿਸ਼ ਕਰਦੇ ਸਨ ਤੇ ਫਿਰ ਪਛਾਣ ਕੇ ਦੁਆ ਸਲਾਮ ਕਰਦੇ ਸਨ, ਦੁੱਖ ਸੁੱਖ ਪੁੱਛਦੇ ਸਨ, ਕਿਸ ਤਰ੍ਹਾਂ ਆਉਣਾ ਹੋਇਆ, ਬਸ ਜ਼ਰਾ ਕਿਹੜਾ ਮਾਰਨ,
चंगा है चंगा है, घरां दी भी सूरत संभाल रखनी ही चाहीदी है। घर तां घर वालिया नाल ही सौंप देने है ना जी। असरम की कर रहा है अजकल? डॉक्टरी। हला परवरदिगार दा बड़ा शुक्र है जी, डॉक्टरी वाहवा ना रोशन कर दिता है खानदान दा। नाले कदे कदे ता पिंड भी मेरा केड़ा मारिया ही करेगा ना। इथे जी अखां दी बड़ी बीमारी है, बंदा 40 तो टपिया नहीं कि अखां विच मोतिया उतरना शुरू हो जांदा है। शहरां विच ता आप आखदे ने मोतिया दा ऑपरेशन मिंटा सकिंटा विच हो जांदा है। असलम ता अमरीका है। अमरीका? हला हला खैर नाल, अमरीका जदों आवेगा ओनू इथे जरूर ले आवांगा। खिदमत करेगा सब दी, क्यों नहीं। खैर नाल अपना बरखुरदार है। ते रशीद मन विच ही मुस्कुराया, वाह रशीद मिया किन्नी सफाई नाल झूठ बोलदा है। झूठ कादा झूठ? अगले दा दिल रख लिया, झूठ सौरे दी केड़ी गल है। घर दी खेती है सच झूठ। रसीद ने बड़ी लगन नाल घर दी सफाई शुरू कर दी। किन्ना ही कुछ वादू पिया सी, पुराने हल ते पंजालियां, छज ते छानणियां, विंगियां होईयां करछियां ते चिमटे, पुराने चूल्हे, खरेपणा, वलटोईयां ते गागरां, मंजे ते ही हा पावे, टुटियां लत्तां वालियां कुर्सियां ते चुल चुल करदे मेज ते किन्ना ही निक सुख जेड़ा इस गल दी शादी देंदा सी कि कदे इस हवेली विच इस सब नू सब कुछ नू वरतन वाले लोग रिहा करदे सन। घर दे आस पास उन्हें गुलाब दे बहुत सारे पौधे लगा दिते। हिसाब करन लगा कि कदों खिड़नगे गुलाब, मार्च तो पहलो कि मार्च तो पिछो। बहुत सारे कबूतर पाल ले रशीद ने, सफेद ते सुरमई ते चितर मितरे ते ब्राउन रंग दे कबूतर, बेहद लाड आउंदा ओनू उना ते। मन विच ही ओहो कबूतरा नाल गल्ला करदा रहंदा, दाणा खिलांदा ते कहंदा, सां लो ओए सां लो, क्यों बेबसाए होई जान्यू, रज के खा लो। हड़बड़ी कादी पई है थोनू, हाली ता सारा दिन पिया है। खाई जाओ ते गाई जाओ ते प्यार करी जाओ ते उड़ी जाओ ते पैरां दे गोल गोल घूमे जाओ, लिशकाई जाओ अपने खम ते दौड़ा धुप विच। सवेरे उठता ते कबूतरा नू आखदा, हला हला क्यों डांड पाई जे, उठ पिया मैं। ओनू लगदा चिड़िया ओनू ही उठाउन लई गा रहियां हन। भलिया लोका उठ, सौण लई ता तमाम समा पिया है, कियामत तक होर 4-5 महीना नू सोना ही है ना, होर करना ही की है। फिलहाल ता आसे पासे वेख, वेख कुदरत उस कादर दी। हाली ता सवेर दा पौ फुटाला है, रुखां ते तारियां मारदे पत्ते ने, पूरी मुट्टी दी खुशबोई है, आसमान दी निलाहट है, गुलाबां दे पौधियां दी नवियां पोपला ने, धुप है हवा है जिंदगी है। एक वक्त ही है जेड़ा वापस नहीं आउंदा रशीद मियां, होर सब कुछ वापस आ जांदा है। रुत्तां वापस मुड़ आउंदियां ने, मौसम करवट बदल के फेर वापस आ जांदे ने, धुप रोशनी हवा सब वापस आ जांदे ने, पर वक्त जेड़ा गुजर जांदा है वो सिर्फ खाद बन जांदा है। मनुख भी ते खान ही बन जांदा है, कबर विच लेटिया लेटिया, पर वो कयामत दा रोज, कबर विचो उठन दा दिन। सब वादू गल्ला ने रसीद मियां दिल परचाउन लई, जेड़े लोग अखीर नू अखीर मनन लई तैयार नहीं हुंदे उहनां नू वरचाउन लई। ओहो जागदा ता ओनू लगदा ओहो सुत्ता ता है ही नहीं सी। रशीद आस पास वेख वेख के हैरान पिया हुंदा। एक किसम किसम दे पंछी चिड़िया कबूतर मैना घुग्गियां ते बगले ते होर कई जिन्हां दे नां
ਉਹਨੂੰ ਨਹੀਂ ਸੀ ਆਉਂਦੇ, ਪਰ ਜਿਨ੍ਹਾਂ ਨੂੰ ਵੇਖਦਿਆਂ ਹੀ ਉਹਨਾਂ ਨੂੰ ਪਛਾਣ ਲੈਂਦਾ ਕਿ ਉਹ ਕਿਸ ਤਰ੍ਹਾਂ ਆਪਣੀ ਪੁੱਚਲ ਨੂੰ ਹਰ ਸੁਰ ਨਾਲ ਹਵਾ ਵਿੱਚ ਹਿਲਾਉਣਗੇ ਤੇ ਜਦੋਂ ਉਹ ਕਿਸੇ ਰੁੱਖ ਦੇ ਪੱਤਿਆਂ ਵਿੱਚ ਛੁਪ ਕੇ ਗਾਉਂਦੇ, ਉਹਨੂੰ ਉਸ ਪੰਛੀ ਦਾ ਰੰਗ ਰੂਪ ਸਭ ਪਤਾ ਲੱਗ ਜਾਂਦਾ। ਰਸ਼ੀਦ ਹੈਰਾਨ ਹੋ ਕੇ ਸੋਚਦਾ, ਇਹ ਸਾਰੇ ਦੇ ਸਾਰੇ ਮੇਰੀ ਹੀ ਦੁਨੀਆ ਵਿੱਚ ਰਹਿ ਰਹੇ ਸਨ ਹਮੇਸ਼ਾ ਤੋਂ, ਕਿੱਥੇ ਲੁਕੇ ਰਹੇ ਨੇ ਇਹ ਸਾਰੇ ਇੰਨੇ ਵਰੇ, ਲੁਕੇ ਇਹ ਕਿੱਥੇ ਰਹੇ ਨੇ? ਯਾਰ ਰਸ਼ੀਦ, ਲੁਕਿਆ ਤੇ ਤੂੰ ਰਿਹਾ ਏ ਇੰਨੇ ਸਾਲ। ਜਦੋਂ ਉਹ ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਦਾ ਫਾਸਲਾ ਤੈਅ ਕਰਦਾ ਰਿਹਾ ਸੀ, ਜਦੋਂ ਉਹ ਆਪਣੀ ਤਨਖਾਹ ਤੇ ਖਰਚਿਆਂ ਦੇ ਹਿਸਾਬ ਕਿਤਾਬ ਜੋੜਦਾ ਰਿਹਾ ਸੀ, ਜਦੋਂ ਅਫਸਰ ਦੀ ਹਰ ਡਾਂਟ ਨਾਲ ਉਦਾਸ ਹੁੰਦਾ ਰਿਹਾ ਸੀ ਤੇ ਹਰ ਤਰੱਕੀ ਨਾਲ ਖੁਸ਼ ਹੁੰਦਾ ਰਿਹਾ ਸੀ, ਜਦੋਂ ਉਹ ਸਵੇਰੇ ਉੱਠ ਕੇ ਅਖਬਾਰ ਪੜ੍ਹਦਾ ਤੇ ਚਾਹ ਪੀਂਦਾ ਰਿਹਾ ਸੀ, ਬੱਸਾਂ ਲਈ ਕਤਾਰਾਂ ਵਿੱਚ ਖੜੋ ਕੇ ਲੰਬੀ ਇੰਤਜ਼ਾਰ ਕਰਦਾ ਰਿਹਾ ਸੀ, ਪਾਨ ਖਾਂਦਾ ਤੇ ਸਿਗਰਟ ਪੀਂਦਾ ਰਿਹਾ ਸੀ, ਰੋਜ਼ੇ ਰੱਖਦਾ ਤੇ ਈਦ ਮਨਾਉਂਦਾ ਰਿਹਾ ਸੀ, ਰਿਸ਼ਤੇਦਾਰੀਆਂ ਤੇ ਦੋਸਤੀਆਂ ਵਿੱਚ ਹੋਣ ਵਾਲੀਆਂ ਖੁਸ਼ੀਆਂ ਗਮੀਆਂ ਵਿੱਚ ਸ਼ਿਰਕਤ ਕਰਦਾ ਰਿਹਾ ਸੀ। ਲੋੜਵੰਦ ਦੋਸਤਾਂ ਦੀਆਂ ਜ਼ਰੂਰਤਾਂ ਕਦੇ ਫਰਾਕ ਦਿਲੀ ਨਾਲ ਪੂਰੀਆਂ ਕਰਦਾ ਰਿਹਾ ਸੀ ਤੇ ਕਦੇ ਕਮੀਨਗੀ ਨਾਲ ਉਹਨਾਂ ਕੋਲੋਂ ਝੂਠ ਸੱਚ ਬੋਲ ਕੇ ਪੱਲਾ ਛਡਾਉਂਦਾ ਰਿਹਾ ਸੀ, ਆਪਣੇ ਦਾਦੇ ਨੂੰ ਤੇ ਫੇਰ ਆਪਣੀ ਮੰਮੀ ਨੂੰ, ਫੇਰ ਅੱਬੂ ਨੂੰ, ਫੇਰ ਰਾਸ਼ੀਦ ਨੂੰ, ਮਰੀਮ ਨੂੰ ਤੇ ਅਖੀਰ ਵਿੱਚ ਫਰੀਦਾ ਨੂੰ, ਅਨੇਕਾਂ ਨਾਤੇਦਾਰਾਂ ਤੇ ਦੋਸਤਾਂ ਨੂੰ ਰੁਖਸਤ ਕਰਕੇ ਜ਼ਮੀਨ ਦੇ ਹੇਠਾਂ ਸੁਆਉਂਦਾ ਰਿਹਾ ਸੀ। ਉਹਨਾਂ ਤਮਾਮ ਗੁਜ਼ਰੇ ਵਰਿਆਂ ਵਿੱਚ ਇਹ ਤਮਾਮ ਜ਼ਿੰਦਗੀ ਕਿਸ ਤਰ੍ਹਾਂ ਉਹਦੇ ਕੋਲੋਂ ਚੋਰੀ ਜਸ਼ਨ ਮਨਾਉਂਦੀ ਰਹੀ ਸੀ। ਰਸ਼ੀਦ ਉੱਠ ਕੇ ਕਬੂਤਰਾਂ ਨੂੰ ਦਾਣਾ ਪਾਉਂਦਾ, ਉਹਨਾਂ ਦੇ ਤਸਲਿਆਂ ਨੂੰ ਧੋ ਕੁੱਚ ਕੇ ਉਹਨਾਂ ਵਿੱਚ ਤਾਜ਼ਾ ਪਾਣੀ ਭਰਦਾ। ਗੁਟਰ ਗੂ ਕਰਦੇ ਹੋਏ ਉਹ ਆਪਣੇ ਗੁਲਾਬੀ ਪੰਜਿਆਂ ਤੇ ਘੁੰਮ ਘੁੰਮ ਜਾਂਦੇ ਜਿਵੇਂ ਸਿਰਫ ਉਹਦੇ ਲਈ ਹੀ ਨੱਚ ਰਹੇ ਹੋਣ। ਦਾਣਾ ਚੁਗਦਿਆਂ ਉਹਨਾਂ ਦੀਆਂ ਧੂਣਾ ਧੁੱਪ ਦੇ ਲਿਸ਼ਕਾਰਿਆਂ ਵਿੱਚ ਬੈਂਗਣੀ ਤੇ ਗੁਲਾਬੀ ਬਾਂਹ ਮਾਰਦੀਆਂ ਉਹਨਾਂ ਦੀਆਂ ਗੋਲ ਗੁਲਾਬੀ ਅੱਖਾਂ ਉਹਦੇ ਵੱਲ ਤੱਕ ਤੱਕ ਕੇ ਚਮਕਦੀਆਂ ਤੇ ਫੇਰ ਉਹ ਜਿੱਦ ਬਜਿੱਦ ਅਸਮਾਨ ਦੀ ਨਿਲਾਹਟ ਵਿੱਚ ਤੈਰਦੇ। ਰਸ਼ੀਦ ਤੱਕਦਾ ਕਬੂਤਰਾਂ ਦੇ ਜੋੜੇ ਕਿਸ ਤਰ੍ਹਾਂ ਆਪਣੀਆਂ ਚੁੰਝਾਂ ਨਾਲ ਇੱਕ ਦੂਜੇ ਦੀਆਂ ਗਰਦਨਾਂ ਪਲੋਸਦੇ, ਖੰਭਾਂ ਨੂੰ ਦੁਲਾਰਦੇ ਤੇ ਨਿੱਕੇ ਨਿੱਕੇ ਕਾਂਬੇ ਨਾਲ ਕੰਬਦੇ ਰਹਿੰਦੇ। ਰਸ਼ੀਦ ਦੀ ਇੱਕ ਬਿੱਲੀ ਨੇ ਬੱਚੇ ਦਿੱਤੇ ਤੇ ਉਹਨੂੰ ਉਹਨਾਂ ਜੋਗਾ ਦੁੱਧ ਵਧੇਰੇ ਲਿਆਉਣ ਦੀ ਚਿੰਤਾ ਹੋਈ। ਨਿੱਕੇ ਨਿੱਕੇ ਰੂਹ ਦੇ ਗੋੜਿਆਂ ਵਰਗੇ ਬਲੂੰਗੜਿਆਂ ਨੂੰ ਜਦੋਂ ਉਹ ਚੁੱਕਦਾ ਤਾਂ ਉਹਨਾਂ ਦੀਆਂ ਪਸਲੀਆਂ ਉਂਗਲਾਂ ਨੂੰ ਰਗੜਦਿਆਂ, ਪੋਲੇ ਜਿਹੇ ਚੁੱਕ ਰਸ਼ੀਦ ਮੀਆਂ, ਕਿਧਰੇ ਕੋਈ ਪਸਲੀ ਕੜਕ ਕੁੜਕ ਗਈ ਤਾਂ ਹੋਰ ਦਵਾ ਦਾਰੂ ਕਰਨ ਦਾ ਖਲ ਜਗਣ ਆ ਪਵੇਗਾ। ਝੋਲੀ ਵਿੱਚ ਬਲੂੰਗੜਿਆਂ ਨੂੰ ਰੱਖ ਕੇ ਕਿੰਨਾ ਕਿੰਨਾ ਚਿਰ ਉਹਨਾਂ ਦੀ ਕੂਲੀ ਪਸ਼ਮ ਜਿਹੀ ਪਿੱਠ ਤੇ ਹੱਥ ਫੇਰਦਾ ਰਹਿੰਦਾ। ਬਿੱਲੀ ਉਹਨਾਂ ਦੀ ਮਾਂ ਦੂਰੋਂ ਤੱਕ ਤੱਕ ਕੇ ਨਿਹਾਲ ਹੋਈ ਜਾਂਦੀ, ਉਂਜ ਇੱਕ ਅੱਖ ਵੀ ਰੱਖਦੀ ਉਹ ਉਹਦੇ ਤੇ, ਕਿਧਰੇ ਉਹਦੇ ਬੱਚਿਆਂ ਨਾਲ ਕੋਈ ਉੱਚੀ ਨੀਵੀਂ ਨਾ ਹੋ ਜਾਵੇ। ਮੇਰੇ ਵਿੱਚ ਦਰਦ ਤੇ ਮਰੋੜ ਜਿਹੇ ਜਦੋਂ ਵੀ ਪੈਂਦੇ ਉਹ ਪੀੜ ਨਾਲ ਦੋਹਰਾ ਹੋ ਜਾਂਦਾ, ਲੱਗਦਾ ਸਾਰੀ ਦੀ ਸਾਰੀ ਜਾਨ ਜਿਵੇਂ ਗੁੱਛਾ ਹੋ ਕੇ ਉਹਦੇ ਸੜ ਰਹੇ ਮੇਦੇ ਵਿੱਚ ਜਾ ਬੈਠੀ ਸੀ। ਦਵਾਈ ਖਾਣ ਨੂੰ ਕਦੇ ਵੀ ਉਹਦਾ ਦਿਲ ਨਾ ਕਰਦਾ, ਉਹਨੇ ਸੁਣਿਆ ਸੀ ਤੇ ਮਗਰੋਂ ਆਪ ਕਿਤਾਬ ਲੈ ਕੇ ਪੜ੍ਹਿਆ ਵੀ ਸੀ ਕਿ ਇਹਨਾਂ ਦਵਾਈਆਂ ਨਾਲ ਸਭ ਤੋਂ ਪਹਿਲਾਂ ਤਾਂ ਬੰਦਾ ਗੰਜਾ ਹੋ ਜਾਂਦਾ। ਚਿੜੀ ਦੇ ਨਵੇਂ ਜੰਮੇ ਬੋਟ ਦੀ ਪਿੱਠ ਵਾਂਗੂ ਉਹ ਸੋਚਦਾ ਤੇ ਉਹ ਲਾੜ ਨਾਲ ਆਪਣੇ ਸਿਰ ਤੇ ਸੰਘਣੇ ਬਾਲਾਂ ਵਿੱਚ ਉਂਗਲੀਆਂ ਫੇਰਦਾ ਤੇ ਵਾਲਾਂ ਨੂੰ ਜਿਵੇਂ ਆਖਦਾ, ਚਿੰਤਾ ਨਾ ਕਰੋ, ਤੁਸੀਂ ਰਵੋਗੇ ਮੇਰੇ ਨਾਲ ਹੀ ਆਖਰ ਤੱਕ, ਦਵਾਈਆਂ ਦੀ ਐਸੀ ਦੀ ਤੈਸੀ। ਜਦੋਂ ਵੀ ਕਦੇ ਦਰਦ ਵੱਧਦਾ ਜਾਪਦਾ ਉਹ ਜਾਂਦਾ ਬਾਹਰ ਕਿਆਰੀਆਂ ਵਿੱਚ ਫੁੱਲਾਂ ਦੀਆਂ ਦੋ ਚਾਰ ਕਲਮਾਂ ਹੋਰ ਲਾ ਲੈਂਦਾ ਤੇ ਫੇਰ ਪੱਤਿਆਂ ਦੇ
ਹੁਕਮ ਲਾਉਣ ਨੂੰ ਤੇ ਅਗਲੇ ਦਿਨ ਨਰੋਏ ਹੋ ਜਾਣ ਨੂੰ ਤੇ ਤੀਜੇ ਚੌਥੇ ਦਿਨ ਨਵੀਆਂ ਪੱਤੀਆਂ ਤੇ ਫੁੱਟ ਪੈਰ ਨੂੰ ਤੱਕਦਾ ਰਹਿੰਦਾ ਜਾਂ ਫਿਰ ਪਿੰਡ ਦੀਆਂ ਗਲੀਆਂ ਵਿੱਚ ਫਿਰਦੀ ਕੋਈ ਨਾ ਕੋਈ ਆਵਾਰਾ ਤੇ ਭੁੱਖੀ ਬਿੱਲੀ ਨੂੰ ਹੀ ਚੁੱਕ ਲਿਆਉਂਦਾ ਤੇ ਦੋ ਕਬੂਤਰ ਹੋਰ ਲਿਆਉਂਦਾ ਤੇ ਜਾਂ ਫਿਰ ਆਂਢ ਗੁਆਂਢ ਦੇ ਬੱਚਿਆਂ ਨੂੰ ਹੀ ਸੱਦ ਕੇ ਉਹਨਾਂ ਨੂੰ ਬਾਤਾਂ ਸੁਣਾਉਂਦਾ ਰਹਿੰਦਾ। ਸਕੂਲੇ ਪੜ੍ਹਦੇ ਮੁੰਡੇ ਕੁੜੀਆਂ ਦਾ ਹੋਮਵਰਕ ਕਰਵਾ ਦਿੰਦਾ। ਕਈ ਵਾਰੀ ਉਹ ਹੈਰਾਨ ਹੋ ਕੇ ਸੋਚਦਾ, ਪਰ ਰਸ਼ੀਦ ਮੀਆਂ ਤੇਰੀ ਇੱਕ ਗੱਲ ਦੀ ਸਮਝ ਨਹੀਂ ਆਈ ਪਈ। ਤੇਰੇ ਕਲੇਜੇ ਦੀ ਭੀੜ ਨਾਲ ਬੱਚਿਆਂ ਦਾ ਤੇ ਗੁਲਾਬਾਂ ਦਾ ਤੇ ਕਬੂਤਰਾਂ ਦਾ ਤੇ ਬਿੱਲੀਆਂ ਦਾ ਕੀ ਤਾਲੁਕ ਹੈ? ਰਤਾ ਸੋਚ ਸਾਚ ਕੇ ਸਮਝਾਤਾ ਸਹੀ। ਐਤਕੀ ਭੀੜ ਦਾ ਤੂਫਾਨ ਉੱਠਿਆ ਤਾਂ ਰਤਾ ਵੱਲ ਹੋ ਕੇ ਉਹ ਕਿਧਰੋਂ ਰੰਗ ਬਿਰੰਗੇ ਛੋਟੇ ਛੋਟੇ ਤੋਤੇ ਖਰੀਦ ਲਿਆਇਆ ਤੇ ਫੇਰ ਕਿੰਨੇ ਹੀ ਦਿਨ ਉਹ ਉਹਨਾਂ ਲਈ ਖੁੱਲੇ ਮੋਕਲੇ ਪਿੰਜਰੇ ਬਣਵਾਉਂਦਾ ਰਿਹਾ। ਬਾਹਰਲੇ ਲੰਬੇ ਚੌੜੇ ਵਿਹੜੇ ਦੀ ਖੱਬੀ ਕੰਧ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਿੰਜਰੇ ਬਣ ਗਏ ਤਾਂ ਉਹਨਾਂ ਵਿੱਚ ਰਾਂਗਲੀਆਂ ਕੁੱਜੀਆਂ ਲਟਕਾ ਕੇ ਉਹਨੇ ਤੋਤਿਆਂ ਲਈ ਘਰ ਬਣਾ ਦਿੱਤੇ। ਫੇਰ ਹੇਠਾਂ ਪਾਣੀ ਦੇ ਤਸਲੇ ਭਰ ਕੇ ਰੱਖਣੇ, ਦਾਣਿਆਂ ਦੀ ਚੰਗੇਰ, ਮਿਰਚਾਂ ਤੇ ਸਾਰੀਆਂ ਚੀਜ਼ਾਂ ਦੀ ਸਫਾਈ ਕਰਨਾ। ਇਸੇ ਕੰਮ ਵਿੱਚ ਦਿਨ ਕਿਧਰੋਂ ਚੜ੍ਹਦਾ ਤੇ ਕਿੱਧਰ ਲੈ ਜਾਂਦਾ ਪਤਾ ਹੀ ਨਹੀਂ ਲੱਗਦਾ। ਲੈ ਬਈ ਇੱਕ ਹੋਰ ਦਿਨ ਨੂੰ ਜੁਠਾਲੀ ਦੇ ਦਿੱਤੀ। ਐਸਾ ਉੱਲੂ ਬਣਾਇਆ ਕਿ ਚੁੱਪ ਚਾਪ ਲੈ ਕੇ ਤੁਰ ਗਿਆ। ਵਾਹ ਰਸ਼ੀਦ ਮੀਆਂ, ਜਵਾਬ ਨਹੀਂ ਤੇਰਾ ਵੀ, ਉਹ ਮੁਸਕੁਰਾਉਂਦਾ। ਰਾਤੀ ਭਾਵੇਂ ਨਿੰਦਰ ਆਵੇ ਭਾਵੇਂ ਨਾ, ਸਵੇਰੇ ਉੱਠਦਾ ਤੇ ਉਹਨੂੰ ਲੱਗਦਾ ਉਹ ਹੁਣੇ ਹੁਣੇ ਜੰਮਿਆ ਸੀ। ਇਹ ਧਰਤੀ, ਇਹ ਕਾਇਨਾਤ ਵੀ ਹੁਣੇ ਹੁਣੇ ਤਾਮੀਰ ਹੋਈ ਸੀ ਸਿਰਫ ਉਹਦੇ ਲਈ। ਇਹ ਸਬਜ਼ਾ ਜਾਰ ਰੁੱਖ ਜਿਨ੍ਹਾਂ ਵਿੱਚ ਹਵਾ ਤੇ ਧੁੱਪ ਕੋਲ ਕੋਲੋਂ ਬੈਠੀਆਂ ਹੌਲੀ ਹੌਲੀ ਕੰਬਦੀਆਂ ਰਹਿੰਦੀਆਂ। ਜਦੋਂ ਸ਼ੁਰੂ ਸ਼ੁਰੂ ਵਿੱਚ ਉਹ ਪਿੰਡ ਆਇਆ ਸੀ ਤਾਂ ਹੁਨਾਲ ਦਾ ਮੌਸਮ ਸੀ, ਗਰਮੀਆਂ ਤੇ ਸਰਦੀਆਂ ਦੇ ਵਿਚਕਾਰਲੀ ਮਿੱਠੀ ਜਿਹੀ ਰੁੱਤ। ਉਹ ਹਮੇਸ਼ਾ ਆਪਣਾ ਮੰਜਾ ਬਾਹਰ ਵਿਹੜੇ ਵਿੱਚ ਢਾ ਕੇ ਸੌਂਦਾ ਜਾਂ ਉੱਤੇ ਛੱਤ ਤੇ। ਅੱਧੀ ਰਾਤ ਠੰਡ ਲੱਗਦੀ ਤਾਂ ਅੰਦਰ ਕਮਰੇ ਵਿੱਚ ਆ ਜਾਂਦਾ। ਵਿਹੜੇ ਜਾਂ ਛੱਤ ਤੇ ਸੁੱਤਿਆਂ ਅਸਮਾਨ ਦੇ ਸਾਰੇ ਤਾਰੇ ਰਤਾ ਖੇਤਾਂ ਉੱਡ ਕੇ ਉਹਦੇ ਨਾਲ ਗੱਲਾਂ ਕਰਨ ਲੱਗਦੇ ਤੇ ਸਾਰਾ ਗੁਜ਼ਰਿਆ ਬਚਪਨ ਉਹਦੇ ਮੰਜੇ ਦੀ ਹੀ ਤੇ ਆ ਬਹਿੰਦਾ। ਬਚਪਨ ਵਿੱਚ ਇਸੇ ਖੁੱਟੇ ਤੇ ਉਹ ਸੋਇਆ ਕਰਦਾ ਸੀ। ਸਾਲ ਵਿੱਚੋਂ ਘੱਟੋ ਘੱਟ 8 ਮਹੀਨੇ ਤੇ ਬਰਸਾਤਾਂ ਵਿੱਚ ਕਿਸ ਤਰ੍ਹਾਂ ਦੀ ਰਾਤੀ ਪਿੰਡ ਦੇ ਸਾਰੇ ਕੋਠਿਆਂ ਤੋਂ ਮੰਜੇ ਘਸੀਟਣ ਦੀਆਂ ਤੇ ਬਾਲਾਂ ਦੇ ਚੀਕ ਚਿਹਾੜੇ ਦੀਆਂ ਆਵਾਜ਼ਾਂ ਆਇਆ ਕਰਦੀਆਂ ਸਨ। ਐਤਕੀ ਤਾਂ ਬਰਸਾਤ ਦਾ ਮੌਸਮ ਗੁਜ਼ਰ ਚੁੱਕਾ ਸੀ ਜਦੋਂ ਉਹ ਪਿੰਡ ਪਹੁੰਚਿਆ ਸੀ ਤੇ ਅਗਲੀ ਬਰਸਾਤਾਂ ਤਾਂ ਰਸ਼ੀਦ ਮੀਆਂ, ਖੌਰੇ ਤੇਰੇ ਲਈ ਵਸਣੀ ਵੀ ਹੈ ਕਿ ਨਹੀਂ? ਦੁਪਹਿਰ ਦੀ ਧੁੱਪ ਅੱਜ ਕੱਲ ਬੜੀ ਕੂਲੀ ਹੋ ਗਈ ਸੀ। ਖਰਗੋਸ਼ ਦੇ ਪਿੰਡੇ ਦੀ ਲੂਈ ਵਰਗੀ ਨਰਮ। ਰਸ਼ੀਦ ਧੁੱਪੇ ਬਹਿ ਕੇ ਰਤਾ ਰਤਾ ਉਗਲਾਉਣ ਲੱਗਦਾ। ਨਿੱਕੀ ਨਿੱਕੀ ਨਸ਼ਿਆਈ ਚੋਕ ਵਿੱਚ ਉਹ ਗੱਲਾਂ ਕਰਨ ਲੱਗਦਾ, ਵਾਹ ਮੇਰੇ ਪਰਵਤਗਾਰ ਕਿੰਨੀਆਂ ਨਿਆਮਤਾਂ ਦਿੰਦਾ ਏ ਤੂੰ ਬੰਦੇ ਨੂੰ, ਤੇ ਬੰਦਾ ਏ ਕਿ ਬਸ ਅੱਖਾਂ ਤੇ ਪੱਟੀ ਬੰਨ ਕੇ ਕੋਲੂ ਦੇ ਬੋਲਦ ਵਾਂਗੂ ਗੋਲ ਦਾਇਰੇ ਵਿੱਚ ਘੁੰਮੀ ਚੱਲੀ ਜਾਂਦਾ ਹੈ। ਜੇ ਮੈਨੂੰ ਵੀ ਡਾਕਟਰ ਇਹ 6 ਮਹੀਨਿਆਂ ਵਾਲੀ ਗੱਲ ਨਾ ਦੱਸਦੇ, ਇਹ ਸਾਰੀ ਖੂਬਸੂਰਤੀ, ਇਹ ਤੇਰੀ ਕਾਇਨਾਤ ਦਾ ਸਾਰਾ ਹੁਸਨ ਕੁਆਰਾ ਹੀ ਮਰ ਜਾਣਾ ਸੀ। ਤੇ ਫੇਰ ਉਹ ਆਪੇ ਹੀ ਹੱਸ ਪੈਂਦਾ, ਯਾਰ ਵਾਹ ਕੁਆਰਾ ਨਹੀਂ ਰਹਿਣ ਦਿੱਤਾ ਤੂੰ ਇਹ ਹੁਸਨ। ਇੱਕ ਦਿਨ ਉਹਨੇ ਗੁਆਂਢੀਆਂ ਦੇ ਮੁੰਡੇ ਨੂੰ ਵਰਚਾ ਕੇ ਕਿਹਾ, ਕਾਕਾ ਕੱਲ ਸਕੂਲੋਂ ਮੁੜ ਕੇ ਰਤਾ ਮੇਰੇ ਨਾਲ ਲੱਗੀ। ਰਤਾ ਪਿਛਲੇ ਪਾਸੇ ਡੰਗਰਾਂ ਵਾਲੇ ਕੋਠੇ ਦੀ ਸਫਾਈ ਕਰ ਛੱਡੀਏ। ਅਗਲੇ ਦਿਨ ਉਸੇ ਮੁੰਡੇ ਨਾਲ ਰਲ ਕੇ ਉਹਨੇ ਡੰਗਰਾਂ ਵਾਲੇ ਕੋਠੇ ਦੀ ਸਫਾਈ ਕੀਤੀ। ਇਸ ਕੋਠੇ ਵਿੱਚ ਕਦੇ
किस तरह मझां गावां ते पिंड दियां दोधियां हवाड़ ते गर्मी घुमदी रहिंदी सी ते ताजे गोहे दी ते तूड़ी दी खुशबोई। शाम वेले वलटोइयां ते कुंडे खड़कदे, पानी दियां बाल्टियां दी बाछल वलटोही विच पैंदियां, ताजे दुध दियां तारां दी करमर, कजलाइयां अखां वाले बच्चे जिन्हां दे गलां विचों छोटियां छोटियां टलियां दियां ते रंग बिरंगे मणकियां दियां माला पा दिया करदा सी। अज उस कोठे विच कुछ भी नहीं सी, ना गरमाई हुई हवाड़, ना कोई खुशबोई। किन्निया ही सालां तो कोई डंगर बच्चा नहीं सी उस विच, बस सिर्फ कुछ चिबियां पुरानियां वलटोइयां पईयां सन ते चारे वालियां उजड़ियां हुईयां खुरलियां। कोठे की सफाई करदे उन्हूं बड़ी थकावट हो गई, मन भी बड़ा उदास हो गया। बाहर आके उन्हें पंप तो हाथ धोते ते धुप्पे टट्ठी मंजी ते लम्मा पै गया। गुआंढिया दा मुंडा भी बाहर आके उहदी मंजी कोल खलो गया। कि ना की है तेरा पुत्तर? जी शाम। हला हला शाम, दस्या सी तू कल मैं भुल गया सा। रशीद मुस्कुराया। शाम भी मुस्कुरा पिया। कुछ चेर खामोशी रही। तू पतंग उड़ाउंदा हुंदा है? अचानक रशीद ने मुंडे नूं पूछया। पिछले वरे बसंत नूं उड़ाई सी। मुंडे ने नीवी पा के शर्मा के जवाब दिता। रशीद ने बोझे विच हाथ पा के 5 रुपए कढे। ले जा पतंग ते डोर लिया, आके पतंग उड़ा, मैं वेखांगा। फिर उन्हें कुछ सोच के 5 दा एक होर नोट कर दिया ते मुंडे नूं फड़ा दिता। ले होर ले ले, की पता अजकल डोर किन्नी महंगी हो गई होवे। झटक मगरों मुंडा पतंग ले आया। दोहां ने रल के डोर नाल ओदियां तनावां पाईयां ते चोल पर के पतंग तैयार कर ली। ले तू रता पिछे हट। दोहां हत्थां नाल फड़ी रखी डोर। मैं एथे जदों इहनूं उतां हुलारांगा तां झट तुड़का मार लवी, बस उड पवेगी। शाम पिछां वल तुरियां तां अचानक रशीद नूं लगा ए उहदा बेटा असलम सी। वरियां ते पारों उहनूं वेख रिहा सी। दरिया गंज वाले घर विच ही एक दिन उह जिद्दे पै गया सी कि पतंग उड़ाएगा। तरला कीता सी उहने, अबू सिखा दिओ ना पतंग उड़ाउणी। ते उहने कहा सी, ओए शदाइया, एनिया पीड़ियां गलियां मकाना दियां उच्चियां ममतियां ते उत्ते लगे टेलीविजन दे एरियल, पतंग किथे उड़ाएगा तू? दो चार कदम रशीद भी पिछा वाल नू तुरिया ताकि फासला ज्यादा हो जावे ते पतंग नू जदो छड़िया जावे इको तुड़के नालो हवा नाल गल्ला करन लगे। फासला काफी हो गया सी। रशीद ने पतंग नू दोहां सिरियां तो पोली जेही पर उंगलां दी पक्की ग्रिफ विच फड़ के उतां वल उलारिया ते शाम नू कहा, मार तुणका। नाल ही अड्डियां चुक के पतंग उतां हवा विच हुलार के छड़ दित्ती। उस इक हो हुलार नाल ओदे कलेजे विच पीर दी एक कटार खुब गई। ओने बेहोल हो के डिग पिया ते आसमान दी सारी निलत्तण ओदियां अखां विच सिमट के काली स्याह हो गई। शाम दा ध्यान आसमान विच तरदी पतंग वल सी ते पतंग दे आस पास आसमान विच रशीद दे कोले कबूतर तारियां ला रहे सन ते हेठां वेड़े विच तोते गा रहे सन। ते दोस्तों ये सी अज की कहानी जिदे विच रशीद मियां नूं पता लगता है कि उन्हां नूं कैंसर हो जांदा है ते ओह अपने 6 महीने जिहड़े हैगे ने ओह चंगे तरीके नाल बिताउण लई पिंड चले जांदे ने, शहर नूं छड्ड के। ते उत्थे उन्हां ने डंगर पालने शुरू करते, अपना मन परचाण लई होर चीजां करनियां शुरू कर दियां, बच्चियां नाल खेडना शुरू करता। ते उन्हां नूं यादां आंदियां सी पुरानियां, पर उन्हां नूं ये पता लग गया भी जिंदगी इहनूं जीणा कहिंदे आ। जिहड़े मेरे कोल 6 महीने ने हुण मैं उहनूं चज नाल जीआंगा।
ਤੇ ਅਖੀਰ ਦੇ ਵਿੱਚ ਉਹ ਮੌਤ ਹੋ ਜਾਂਦੀ ਹੈ ਉਹਨਾਂ ਦੀ। ਜੇ ਵੀਡੀਓ ਵਧੀਆ ਲੱਗੀ, ਕਹਾਣੀ ਸਮਝ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।